ਹੋਇਆ ਨਾ ਵੀ ਤੇਰਾ ਇਧਰ ਇੰਟਰਸਟ ਕਿਵੇਂ ਆਇਆ? ਤੂੰ ਖਿਡਾਰੀ ਬਣ ਸਕਦਾ ਸੀ, ਫੌਜ ਚ ਭਰਤੀ ਹੋ ਸਕਦਾ ਸੀ, ਕੋਈ ਹੋਰ ਵੱਡਾ ਅਫਸਰ ਬਣ ਸਕਦਾ ਸੀ, ਜਾਂ ਤਾਂ ਤੂੰ ਕੋਈ ਡਰਾਇੰਗ ਮਾਸਟਰ ਬਣ ਜਾਂਦਾ, ਤੇ ਮਤਲਬ ਕਿੱਦਾਂ ਤੈਨੂੰ ਲੱਗਿਆ ਵੀ ਮੈਂ ਇਧਰ ਜਾਣਾ ਚਾਹੀਦਾ? ਮੈਂ ਪੜ੍ਹਦਾ ਸੀਗਾ ਜੀ, ਮੈਂ ਗੱਡੀਆਂ ਦੀਆਂ ਫੋਟੋਆਂ, ਕਾਪੀਆਂ ਦੇ ਕਿਤਾਬਾਂ ਦੇ ਵੀ ਜਾਣੀ ਕਿ ਗੱਡੀਆਂ ਦੀਆਂ ਫੋਟੋਆਂ ਛਾਪ ਦੇਣੀਆਂ। ਅੱਛਾ, ਤੇ ਡਿਜ਼ਾਈਨ ਕਰੀ ਜਾਣੇ, ਇੱਥੋਂ ਐ ਬਣਨੀ ਚਾਹੀਦੀ ਆ ਗੱਡੀ, ਇੱਥੋਂ ਐ ਬਣਨੀ ਚਾਹੀਦੀ ਆ। ਉਹ ਮੇਰਾ ਧਿਆਨ ਸੀਗਾ ਵੀ ਮੈਂ ਕਰਨਾ ਚਾਹੁੰਦਾ ਵਾ। ਅੱਛਾ, ਤੇ ਉਦੋਂ ਬਾਅਦ ਮੈਂ ਕਿਸੇ ਕੋਲ ਕੰਮ ਸਿੱਖਣ ਲੱਗ ਗਿਆ। ਮੈਂ ਕਿਹਾ ਬਈ ਮੈਂ ਕੰਮ ਸਿੱਖਣਾ, ਘਰਦੇ ਮੇਰੇ ਕਹਿੰਦੇ ਵੀ ਤੈਨੂੰ ਬਾਹਰ ਭੇਜਾਂਗੇ, ਲਾਲਚ ਜਿਵੇਂ ਦਿੰਦੇ ਹੁੰਦੇ ਆ ਪੜ੍ਹ ਲੂਗਾ, ਲਾਲਚ ਬਹੁਤ ਦਿੱਤੇ ਤੇ ਘਰਦੇ ਕਹਿੰਦੇ ਵੀ ਤੂੰ ਪੜ੍ਹ ਲਾ। ਮੈਂ ਕਿਹਾ ਨਹੀਂ ਮੈਂ ਪੜ੍ਹਨਾ ਨੀ ਗਾ, ਵੀ ਮੈਨੂੰ ਕੰਮ ਤੇ ਲਾ ਦੇ, ਤੇ ਕੰਮ ਕਈ ਸਿਖਾ ਲਏ, ਕੰਮ ਵੀ ਕਹੇ ਕਰਦੇ ਆ ਜੀ ਉੱਥੇ ਲੱਗ ਜਾ ਉੱਥੇ। ਮੈਂ ਕਿਹਾ ਨਹੀਂ ਮੈਂ ਜੀਪਾਂ ਦਾ ਕੰਮ ਸਿੱਖਣਾ, ਮੈਨੂੰ ਜੀਪਾਂ ਦੇ ਕੰਮ ਤੇ ਲਾ ਦੇ। ਇੱਥੇ ਬਾਈ ਹੋਣੀ ਸੀਗੇ ਹੀਰਾ ਸਿੰਘ ਪਿੰਡ ਵਿੱਚ ਲਾਡੇ ਹੋਣੀ, ਚਰਨਜੀਤ ਸਿੰਘ ਲਾਡਾ ਬਾਈ ਦਾ ਨਾਮ ਆ। ਅੱਛਾ, ਬਾਈ ਨੇ ਬਹੁਤ ਵੱਡੀ ਜਾਣੀ ਸੀ, ਇੱਕ ਕਹਿ ਲਓ ਵੀ ਆਪਦੇ ਆਪ ਚ ਮਿਸਾਲ ਆ। ਉਹਨਾਂ ਨੇ ਥਾਰ ਇੰਨੀ ਕੁ ਜ਼ਿਆਦਾ ਬਣਾਈ ਆ, ਕਿੰਗ ਕਹਿੰਦੇ ਆ ਜੀ। ਅੱਛਾ ਜੀ, ਬਹੁਤ ਵਧੀਆ ਉਹਨਾਂ ਦਾ ਕੰਮ ਆ। ਅੱਜ ਵੀ ਸਪੈਸ਼ਲ ਥਾਰ ਦਾ ਹੀ ਕੰਮ ਕਰਦੇ ਜੀ, ਤੇ ਉਹਨਾਂ ਕੋਲੇ ਲਾਤਾ ਮੇਰੇ ਘਰ ਦੇ, ਉਹਨਾਂ ਕੋਲੇ ਲਾਤਾ ਤੇ ਸੈਂਕਦੇ 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 ਚਲੋ ਗਾਂ ਦੀ ਗਾਂ ਜੋੜ ਮੇਲੇ ਬਣਦੇ ਗਏ ਜੀ। ਹੁਣ ਕੱਲੀ ਕੱਲੀ ਚੀਜ਼ ਦਾ ਪਤਾ ਕਿਹੜੀ ਚੀਜ਼ ਕਿੱਥੇ ਲੱਗਣੀ ਆ? ਕੀ ਬਾਈ, ਤਕਰੀਬਨ ਹੈਂਡਮੇਡ ਹੀ ਆ ਸਾਰਾ ਆਪਣਾ ਕੰਮ। ਅੱਛਾ, ਡਿਜ਼ਾਈਨ ਆਪਣੇ ਆਪ ਦੀ ਹੁੰਦੀ ਆ ਤਕਰੀਬਨ। ਠੀਕ ਹੈ ਜੀ, ਅਗਲੀ ਵੀਡੀਓ ਤੁਹਾਨੂੰ ਜੌਂਗਾ ਹੀ ਦਿਖਾਉਂਦੇ ਆ, ਤੇ ਉਹਦਾ ਜੌਂਗੇ ਤੱਕ ਲੈ ਕੇ ਜਾਂਦਾ ਵੀ ਇੱਕ ਬਾਈ ਕਿਹੜਾ ਕਿਹੜਾ ਤਿਆਰ ਕਰਦਾ। ਸਤਿ ਸ੍ਰੀ ਅਕਾਲ। ਬਾਕੀ ਕਿੰਨੀ ਵਧੀਆ ਗੱਲ ਹੈ ਜੀ, ਇਹ ਦੇਖੋ ਨਾ ਆਪਾਂ 3 Idiots ਜਿਹੜੀ ਮੂਵੀ ਦੇਖੀ ਹੈ, ਉਹਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਵੀ ਜਿਹੜਾ ਬੱਚਾ ਜਿੱਧਰ ਦਾ ਇੰਟਰਸਟ ਉਧਰ ਨੂੰ ਜਾਣ ਦਿਓ। ਹੁਣ ਵੱਡੇ ਵੱਡੇ ਕਾਲਜਾਂ ਦੇ ਹੋਸਟਲਾਂ ਦੇ ਵਿੱਚ ਆਪਾਂ ਦੇਖਦੇ ਹਾਂ ਬੱਚੇ 18-18 ਸਾਲ ਦੇ ਵਿੱਚ ਸੁਸਾਈਡ ਕਰ ਰਹੇ ਨੇ, ਕਿਉਂਕਿ ਉਹ ਮਾਪੇ ਉਹਨਾਂ ਨੂੰ ਉਹਨਾਂ ਦੀ ਇੱਛਾ ਦੇ ਉਲਟ ਉਹਨਾਂ ਨੂੰ ਕੁਝ ਬਣਾਉਣਾ ਚਾਹੁੰਦੇ ਨੇ। ਬੱਚੇ ਦਾ ਜਿੱਧਰ ਇੰਟਰਸਟ ਆ ਉਧਰ ਜ਼ਰੂਰ ਜਾਣ ਦਿਓ ਕਿ ਆਪਾਂ ਨੂੰ ਬੱਚੇ ਨੂੰ ਕੁਝ ਬਣਾਉਣਾ ਚਾਹੁੰਦੇ ਹਾਂ। ਵੈਰੀ ਗੁੱਡ ਯਾਰ, ਅੱਜ ਬਾਈ ਆ ਉਹ ਦੇਖੋ ਲੱਖਾਂ ਰੁਪਇਆ ਕਮਾ ਰਿਹਾ ਹੈ, ਇਹ ਕੰਮ ਜੋ 13 ਸਾਲ ਦੀ ਉਮਰ ਦੇਖੋ ਤਾਂ ਇੰਟਰਸਟ ਸੀ ਵੀ ਕੋਈ ਚੀਜ਼ ਮੈਂ ਛਾਪ ਲਾਂ ਕੁਝ ਬਣਾ ਲਾਂ, ਹਨਾ ਉਹ ਇੰਟਰਸਟ ਦੇ ਅਨੁਸਾਰ ਹੀ ਬੱਚਾ ਚੱਲ ਗਿਆ। ਜੇ ਮਾਂ ਬਾਪੇ ਤੋਂ ਆਸ ਉਲਟ ਰੱਖਦੇ ਤੂੰ ਇੰਜੀਨੀਅਰ ਬਣ, ਤੂੰ ਜੇ ਬੋਲ, ਤੇ ਅੱਜ ਕੀ ਕਰਦਾ ਇੰਜੀਨੀਅਰ ਬਣ ਕੇ ਕੀ ਹੈ, 15,000 ਰੁਪਏ ਦੀ ਨੌਕਰੀ ਨਹੀਂ ਮਿਲਦੀ ਸੀ, ਇੰਨਾ ਖਰਚਾ ਹੋ ਜਾਂਦਾ, ਤੇ ਨਾਲੇ ਸੌਂਕ ਸਾਰੀ ਉਮਰ ਲਾ ਉਹ ਟੁੰਬਦਾ ਰਹਿੰਦਾ ਕਾਲਜ ਨੂੰ ਵੀ ਯਾਰ ਮੈਂ ਫੋਨ ਕਰਿਆ। ਹਾਂ, ਇੰਟਰਸਟ ਉੱਥੇ ਗਿਆ ਸੀ ਬਾਈ ਮੇਰਾ, ਇੰਟਰਸਟ ਸੀਗਾ। ਅੱਜ ਮੈਨੂੰ ਜਾਣੀ ਕਿ ਕੋਈ ਵੀ ਡਿਜ਼ਾਈਨ ਦਿੰਦਾ ਵਾ, ਮੈਂ ਅਗਲੇ ਕਹਿ ਦਿੰਦਾ ਹੁੰਦਾ ਬਾਈ ਕੋਈ ਗੱਲ ਨੀ, ਤੁਸੀਂ ਗੂਗਲ ਤੋਂ ਦੇਖ ਲਓ ਫੋਟੋ, ਜਿੱਦਾਂ ਦੀ ਗੱਡੀ ਬਣਾਉਣੀ ਹੈ ਮੈਨੂੰ ਫੋਟੋ ਭੇਜ ਦੇ, ਬੱਲੇ ਮੈਂ ਤੁਹਾਡਾ ਹੱਲ ਕਰਦੀ। ਕਿਆ ਬਾਤ ਹੈ ਜੀ, ਐਪਰੀਸ਼ੀਏਟ ਕਰੋ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਈ ਇੱਦਾਂ ਹੀ ਤਰੱਕੀਆਂ ਕਰਦਾ ਰਹੇ। ਲਵ ਯੂ, ਜਿਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਅੱਜ ਇੱਕ ਹੋਰ ਆਈਟਮ ਤੁਹਾਨੂੰ ਦਿਖਾਉਣ ਲੱਗੇ ਹਾਂ। ਅਸੀਂ ਅੱਜ ਜਾਂਦੇ ਸੀ ਅੰਮ੍ਰਿਤਸਰ ਸਾਹਿਬ, ਅਤੇ ਰਸਤੇ ਦੇ ਵਿੱਚ ਗਿੱਪੀ ਮੋਡੀਫਿਕੇਸ਼ਨ ਜੌਂਗਿਆਂ ਦਾ ਕੰਮ ਕਰਦੇ ਨੇ ਬਾਈ ਹੁਣੀ, ਅਤੇ ਆਹ ਦੇਖੋ ਬਾਈ ਗਿੱਪੀ ਖੜਨਾ ਹੀ ਹੈ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਹਾਂ, ਵਧੀਆ ਵਧੀਆ, ਵੈਲਕਮ ਬਾਈ, ਮਿਹਰਬਾਨੀ ਬਹੁਤ ਬਹੁਤ ਜ਼ਿਆਦਾ, ਤੁਸੀਂ ਅੱਜ ਆਏ ਆ ਸਾਡੇ ਕੋਲ। ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ, ਇਹ ਕਿਹੜਾ ਜੌਂਗਾ ਬਾਈ? ਫੌਜੀ ਚੌਂਗਾ? ਇੱਕ ਮਿੰਟ ਮੈਂ ਦਿਖਾ ਦੇਣਾ ਪਹਿਲਾਂ। ਕਿੰਨੇ ਸਿਲੰਡਰ ਹੈ? 6 ਸਿਲੰਡਰ ਆ ਬਾਈ, ਨਿਸ਼ਾਨ ਦਾ। ਆਹ ਦੇਖੋ, ਪੇਂਟ ਬਿਜਲੀ ਦਿਖਦਾ, ਨਵਾਂ ਨਵਾਂ ਬਣਾ ਦੇਣਗੇ ਇਹਨੂੰ। ਤੇ ਫੌਜ ਚੋਂ ਬਈ ਟੈਂਡਰ ਫਿਰ ਕੌਣ ਕਿੱਥੋਂ ਲੈਣੇ ਹੋ? ਇਹ ਬਈ ਕਹਿਰਾ ਕਹਿਰਾ ਹੀ ਚੱਪਣਾ ਪੈਂਦਾ ਵਾ। ਅੱਛਾ, ਇਹ ਤਾਂ ਹੋਣ ਲੈਣੀ ਚਾਹੀਦੀ। ਹਾਂ, ਇਹਦੀ ਕੋ ਉਦੋਂ ਦਾ ਹੈ, ਇਹ ਉਹਦੇ ਆ ਵਨਟਨ ਦੇ ਬਈ, ਵਨਟਨ ਦੇ ਪਾਰਟਸ ਆ। ਆ ਜਾ ਆਪਾਂ ਕੇ ਚੱਲਦੇ। ਆ ਜਿਪਸੀ ਹੈ, ਹੈ ਆ ਮੇਰੇ ਜਿਪਸੀ ਆ 2009 ਮਾਡਲ। ਅੱਛਾ, ਟਰਾਵਲਿੰਗ ਜਿੰਦੀ ਆ। ਅੱਛਾ, ਇਹ ਜੰਮੂ ਦੇਣੀ ਆਪਾਂ। ਅੱਛਾ ਅੱਛਾ, ਹਾਂਜੀ, ਜੰਮੂ ਲਈ ਰੈਡੀ ਕਰ ਦਿੰਦੇ ਨੇ, ਜੰਮੂ ਜਾਣੀ ਆ, ਉੱਥੋਂ ਦਾ ਡਾਕਟਰ ਆ, ਸਿਵਲ ਸਰਜਨ ਹੈ। ਓਕੇ, ਹਾਂਜੀ, ਬੈਟਰੀ ਡਿਸਪੋਜ਼ਲ ਆ। ਓਕੇ ਓਕੇ, ਲਓ ਜੀ, ਹੁਣ ਦਿਖਾਉਣ ਲੱਗਾ ਸਾਨੂੰ ਲੁੱਦਰ ਵਾਲਾ ਕੰਮ ਇਹਦਾ ਵੀ। ਇਹ ਫੌਜ ਦੀ ਬੰਟਨ ਹੈ, ਮੈਂ ਬਹੁਤ ਚਲਾਈ ਆ, ਇੱਥੇ ਹੈਂਡਲ ਪੈਂਦਾ ਹੁੰਦਾ ਸੀ, ਜਿਵੇਂ ਆਸੇ ਟਿੰਡ ਦੇ ਵਾਂਗ ਅੱਗੇ ਹੈਂਡਲ ਪੈਂਦਾ ਨਾ ਝਟਕਾ ਮਾਰ ਕੇ, ਤੁਸੀਂ ਨੇ ਬਹੁਤ ਨੇ ਬਾਹਾਂ ਤਰਾਈਆਂ ਹੋਣੀਆਂ, ਸੇਮ ਇਹਨਾਂ ਦਾ ਹੈ। ਆਹ ਜਿਹੜਾ ਲਾਸਟ ਅਕਸਰ ਹੁੰਦਾ ਤੁਸੀਂ ਦੇਖਦੇ ਹੋ ਨਾ, ਇਹ ਫੌਜ ਦਾ ਹੀ ਹੁੰਦਾ, ਇੱਥੋਂ ਨਿਸ਼ਾਨੀ ਹੈ, ਅਤੇ ਨਿਸ਼ਾਨ ਦੀ ਨਿਸ਼ਾਨੀ ਤੋਂ ਗੱਲ ਯਾਦ ਆ ਗਈ, ਨਿਸ਼ਾਨ ਦਾ ਹੈ ਨਾ ਬਈ ਇਹ ਬੰਟਨ।
ਪੈਟਰੋਲ ਚ ਵੀ ਆਉਂਦੀ ਆ ਡੀਜ਼ਲ ਚ ਪੈਟਰੋਲ ਨਿਸ਼ਾਨ ਜਪਾਨ 1973 ਮਾਡਲ ਦਾ ਓਰਿਜਨਲ ਜਪਾਨ ਦਾ ਲਿਖਿਆ ਹੋਇਆ ਅੱਛਾ ਵੀ ਨਿਸ਼ਾਨ ਜਪਾਨ ਇੱਧਰ ਦੀ ਅੱਛਾ ਹਾਂ ਹਾਂ ਕਿੱਥੋਂ ਸਾਈਜ਼ ਮਿਲੂਗਾ ਟਾਇਰਾਂ ਦਾ ਇਹ ਤਾਂ ਵੀਰੇ ਆਪਾਂ ਨੂੰ ਯਾਨੀ ਕਿ ਆਰਡਰ ਤੇ ਹੀ ਮੰਗਾਉਣੇ ਪੈਂਦੇ ਆ ਵੈਸੇ ਤਾਂ ਮਿਲਦੇ ਨੀਗੇ ਕਿਆ ਬਾਤ ਆ ਜਦੋਂ ਜਮਾਂ ਤਿਆਰ ਹੋ ਗਿਆ ਬਾਈ ਉਹਦੀ ਬਾਡੀ ਪਿੱਛੇ ਆਪਣੀ ਬਾਰੀਆਂ ਆ ਜਾਣੀਆਂ ਚਾਰੋ ਪਿੱਛੇ ਆ ਟੱਪ ਆ ਜਾਣਾ ਟੱਪ ਦੇ ਉੱਤੇ ਢੱਕਣ ਲੱਗ ਜਾਣਾ ਜਿੱਦਾਂ ਕਾਰ ਦੀ ਡਿੱਗੀ ਹੁੰਦੀ ਆ ਹਾਂਜੀ ਹਾਂਜੀ ਉਹ ਲੋਕ ਹੁੰਦਾ ਹੋ ਜਾਣਾ ਵੀਰੇ ਅੱਛਾ ਅੱਛਾ ਤੇ ਬਾਈ ਕਿੰਨੇ ਕੁ ਜਾਓਗੇ ਬਗਰਾ ਤਿਆਰ ਕਰ ਦਿੰਦੇ ਜਾਓਗੇ ਬਾਈ ਹੋ ਹੀ ਜਾਂਦੇ ਆ ਤਕਰੀਬਨ ਗਾਣੇ ਗੁਣੇ ਗਾਈ ਜਾਂਦੇ ਆ ਕਾਫੀ ਅੱਛਾ ਜੀ ਮੂਵੀ ਜਾ ਰਿਹਾ ਵਾ ਮੂਵੀ ਆਈ ਆ ਮਿਰਜ਼ਾਪੁਰ ਮਿਰਜ਼ਾਪੁਰ ਚਾਰ ਹਾਂ ਹਾਂ ਮਿਰਜ਼ਾਪੁਰ ਮੂਵੀ ਮਿਰਜ਼ਾਪੁਰ 3 ਆ ਗਈ ਤੁਹਾਡੀ ਕਿੰਨੀ ਉਮਰ ਆ ਬਾਈ ਬੱਚੇ ਦੀ ਤਾਂ 23 ਸਾਲ ਦੀ ਉਮਰ ਹੈ ਜੀ 23 ਸਾਲ ਦੀ ਉਮਰ ਤੁਹਾਡੀ ਹਾਂਜੀ ਵੀਰੇ 23 ਸਾਲ ਦੀ ਕੀ ਬਾਤ ਆ ਬਾਈ ਤੂੰ ਕਿਵੇਂ ਇੰਟਰਸਟ ਖੇਚ ਬਾਈ ਇੱਕ ਕਿੰਨਾ ਜਰਾ ਕੰਮ ਕਰਦੇ ਨੇ ਮਿਸਤਰੀਆਂ ਦੇ ਪੁੱਤ ਸੀਗਾ ਜੀ ਇਹੀ ਕੰਮ ਚ ਇੰਟਰਸਟ ਸੀਗਾ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਇਹ ਕੰਮ ਨੂੰ ਬਾਈ ਮੈਨੂੰ 10 ਸਾਲ ਹੋ ਚੱਲੇ 10 ਸਾਲ ਹੋ ਗਏ 13 ਸਾਲ ਦਾ ਲੱਗਾ ਜੀ 13 ਸਾਲ ਦਾ ਮੈਂ ਪੜਦਾ ਸੀਗਾ ਵੀਰੇ ਦੁਪਹਿਰੋਂ ਬਾਅਦ ਮੈਂ ਲੈਣੀ ਕੀ ਜਾਂਦਾ ਹੁੰਦਾ ਸੀਗਾ ਅੱਛਾ ਜੀ ਹਾਂਜੀ ਇੰਟਰਸਟ ਫਿਰ ਕਿਵੇਂ ਦਿਮਾਗ ਆਇਆ ਵੀ ਬਸ ਫਿਰ ਉੱਥੋਂ 7ਵੀਂ ਚੋਂ ਮੈਂ ਹਟ ਗਿਆ ਸੀਗਾ ਬਾਈ ਨਹੀਂ ਉਦੋਂ ਪੈਸੇ ਪੂਸੇ ਕਿੱਥੋਂ ਪ੍ਰੋਵਾਈਡ ਕੀਤੇ ਘਰੋਂ ਬਸ ਐਂ ਸੀਗਾ ਬਾਈ ਮਾਕੜੀ ਸੀਗਾ ਅੱਛਾ ਤੇ ਵਰਕਸ਼ਾਪ ਦਾ ਕੀਤੀ ਨੂੰ 2 ਸਾਲ ਹੀ ਹੋਏ ਆ ਹਾਂਜੀ ਅੱਛਾ ਕਿੰਨੇ ਪੈਸੇ ਘਰੋਂ ਲੈਤੇ ਫਿਰ ਕੀ ਪਹਿਲਾਂ ਸਭ ਤੋਂ ਪਹਿਲਾਂ ਕੀ ਲਿੱਤਾ ਬਾਈ ਸਭ ਤੋਂ ਪਹਿਲਾਂ 60 ਰੁਪਏ ਜੀ ਤੇਰੇ ਕੋਲੇ ਹਾਂਜੀ ਉਹ ਬੱਲੇ 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 ਜੋ ਬਾਹਰ ਗਿਆ ਸੀ ਨਾ ਕੰਮ ਕਰਨ ਲਈ ਵੀ ਮਤਲਬ ਜੇ ਰਿਸਕ ਲੈਂਦੇ ਹੋ ਤਾਂ ਸਾਰਾ ਕੁਝ ਹੈ ਨਾ ਹਾਂਜੀ ਹਾਂਜੀ 60 ਰੁਪਏ ਕੀ ਕੀਤਾ 60 ਰੁਪਈਆ ਨਾਲ ਕਿਰਾਇਆ ਲਾ ਕੇ ਮੈਂ ਮੋਗੇ ਤੋਂ ਬਾਹਰ ਕੰਮ ਕਰਨ ਲਈ ਗਿਆ ਸੀ ਅੱਛਾ ਹਾਂਜੀ ਉੱਧਰ ਆ ਗਿਆ ਫਿਰ ਨਾਲੇ ਖੜਕਾ ਹੁੰਦਾ ਆਪਣੇ ਗੱਲਾਂ ਬਾਤਾਂ ਤੁਹਾਡੇ ਇੰਟਰਵਿਊ ਕਰਦਾ ਸਮਾਰਕ ਤੇ ਅੱਜ ਇੱਧਰ ਤੁਹਾਡੇ ਆਪਣੀ ਦੁਕਾਨ ਆਈ ਹਾਂਜੀ ਹਾਂਜੀ ਇੱਥੇ ਬੈਠੋ ਨਕੁੰਦਰ ਗਿਆ ਸੀਗਾ ਮੈਂ ਕੰਮ ਕਰਨ ਲਈ ਐਸ ਡੀ ਵਾਲਿਆਂ ਦੇ ਨਾਲ ਉੱਥੇ ਮੈਂ ਰਿਹਾ 2 ਸਾਲ ਬਈ ਅੱਛਾ ਮੇਜਰ ਵਾਈਜ਼ ਬਾਈ ਜਸਵਿੰਦਰ ਬਾਈ ਉਹਨਾਂ ਨੇ ਬਹੁਤ ਮੇਰੀ ਹੈਲਪ ਉੱਥੇ ਕੰਮ ਸਿੱਖਣ ਲੱਗਾ ਹਾਂਜੀ ਕੱਪੜਾ ਮੈਂ ਇੱਥੋਂ ਸਿੱਖਿਆ ਸੀਗਾ ਸਰ ਮੋਗੇ ਅੱਛਾ ਕੱਪੜਾ ਲੀੜਾ ਕੱਪੜਾ ਲੀੜਾ ਮੈਂ ਇੱਕ ਵਾਰੀ ਲੈ ਗਿਆ ਸੀ ਨਾਲ ਹੀ ਮੈਂ ਉੱਥੇ 2 ਸਾਲ ਰਿਹਾ ਬਾਈ ਜੀ ਪਹਿਲਾਂ ਗੱਲ ਹੋਈ ਸੀ ਮੈਂ ਕੰਮ ਸਿੱਖਣ ਆ ਰਿਹਾ ਨਹੀਂ ਜੀ ਉੱਥੇ ਮੈਂ ਪਹਿਲਾਂ ਜਾ ਕੇ ਆਇਆ ਸਭ ਤੋਂ ਪਹਿਲੀ ਵਾਰੀ ਜੋ ਮੈਂ ਗਿਆ ਮੈਂ ਗੱਲਬਾਤ ਕਰਿਆ ਆ ਬਾਈ ਜੀ ਉਹਨਾਂ ਦੇ ਥੋੜ੍ਹਾ ਪ੍ਰੋਗਰਾਮ ਸੀਗਾ ਘਰੇ ਬਾਈ ਜੀ ਹੋਣੀ ਕਹਿੰਦੇ ਵੀ ਤੂੰ ਨਾ ਸੋਮਵਾਰ ਨੂੰ ਆਈ ਮੈਂ ਵੀਰਵਾਰ ਨੂੰ ਗਿਆ ਸੀਗਾ ਕਹਿੰਦੇ ਸੋਮਵਾਰ ਨੂੰ ਆਈ ਤੂੰ ਉਮਰ ਕਿੰਨੀ ਸੀ ਉਦੋਂ ਉਦੋਂ ਬਾਈ ਮੇਰੀ ਕੋਈ ਸੀਗੀ 20 ਸਾਲ ਦੀ ਉਮਰ ਸੀ 20 ਸਾਲ ਦੀ ਸੀ ਅੱਛਾ ਹੁਣ ਮੈਨੂੰ 13 ਸਾਲ ਲੱਗਿਆ ਹੋਇਆ ਵੀਰੇ 13 ਸਾਲ ਤੋਂ ਇੰਟਰਸਟ ਸੀਗਾ ਹਾਂਜੀ 13 ਸਾਲ ਪੜ੍ਹਾਈ ਪੂਰੀ ਫਿਰ ਪਿੱਛੇ ਛੱਡਤੀ 7ਵੀਂ ਜੋ ਹਟ ਗਿਆ ਸੀਗਾ ਬਾਈ ਨੇ ਅੱਛਾ ਹਾਂਜੀ 7ਵੀਂ ਜੋ ਹਟ ਗਿਆ ਫਿਰ ਇਹ ਜਗ੍ਹਾ ਫਿਰ ਹੁਣ ਦੁਬਾਰਾ ਆਪ ਲੈਤੀ ਹਾਂਜੀ ਇਹ ਰੈਂਟ ਤੇ ਆ ਬਾਈ ਇਹ ਵਰਕਸ਼ਾਪ ਆਪਣੀ ਅੱਛਾ ਹਾਂਜੀ ਇਹ ਕੰਮ ਸਾਰਾ ਆਪਦਾ ਆਪਣਾ ਓਨਰ ਤੁਸੀਂ ਹੋਣੇ ਦੇ ਓਨਰ ਕਿੰਨੇ ਮਿਸਤਰੀ ਕਿੰਨੇ ਰੱਖੇ ਨੇ 7 ਆ ਬਾਈ ਹੁਣ ਆਪਣੇ ਕੋਲ 7 ਹਾਂਜੀ 13 ਸਾਲ ਦੀ ਉਮਰ ਤੋਂ ਸ਼ੁਰੂ ਕਰਿਆ ਮਟਰ ਕਿਰਪਾ ਕੀਤੀ ਕੰਮ ਵੀ ਵਾਧੂ ਆ ਪੈਸੇ ਤੋਂ ਵੀ ਕੋਈ ਤੰਗੀ ਨੀ ਤੇ ਮਾਨ ਵੀ ਵਧਦਾ ਵੀ ਮੈਂ ਆਪਦੇ ਪੈਰਾਂ ਖੜਾ ਹੋ ਗਿਆ ਹਾਂਜੀ ਆਪਦੇ ਪੈਰਾਂ ਹੋਰ ਘਰੇ ਕੌਣ ਕੌਣ ਬਾਈ ਬਾਈ ਮਾਤਾ ਵਾ ਅੱਛਾ ਡੈਡੀ ਆ ਜਦੋਂ 7ਵੀਂ ਕਲਾਸ ਚ ਹਟਿਆ ਮਾਤਾ ਨੇ ਛਿੱਤਰ ਮਾਰੇ ਹੋਣੇ ਵੀ ਤੂੰ ਕਿਹੜੇ ਕੰਮ ਚ ਪੈ ਗਿਆ ਤੂੰ ਕਿੱਥੇ ਜਾਣਾ ਹੈ ਬਈ ਘਰਦੇ ਰੋਕਦੇ ਸੀਗੇ ਵੀ ਪਿਓ ਮਾਂ ਪਿਓ ਨੇ ਜਾਨੀ ਕਿ ਤੈਨੂੰ ਪੜਾਉਂਦੇ ਪਏ ਆ ਤੂੰ ਪੜਦਾ ਨਹੀਂ ਵੀ ਪਿਓ ਤੇਰਾ ਹੁਣ ਤੇ ਕਰੇ ਲੋਹਾ ਕੁੱਟੀ ਜਾਂਦਾ ਕੱਲ ਨੂੰ ਤੂੰ ਵੀ ਲੋਹਾ ਕੁੱਟੇਂਗਾ ਮੈਂ ਕਿਹਾ ਵੀ ਜਦੋਂ ਆਪਾਂ ਸ਼ੁਰੂ ਤੋਂ ਕੀਤਾ ਹੀ ਆ ਕੁਛ ਇਹੀ ਕੁਛ ਕਰ ਲੈ ਖੇਤੀ ਬੁੱਤੀ ਵਾਲੇ ਆਪਾਂ ਹੈ ਨਹੀਂ ਸੀਗੇ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਸਕੂਲ ਛੱਡ ਕੇ ਮੈਂ ਕੰਮ ਤੇ ਜਾਣ ਲੱਗ ਗਿਆ
जिन्हे करना हुंदा ते अज भाई वधिया इनकम हो ਹਾਂਜੀ ਠੀਕ ਆ ਬਾਈ ਵਧੀਆ ਗੁਜ਼ਾਰਾ ਹੋਈ ਜਾਂਦਾ ਜੀ ਹਨਾ ਵਿਆਹ ਹੋਇਆ ਵਾ ਜੀ ਕੀ ਬਾਤ ਬੱਚੇ ਕਿਹਦੇ ਨੇ ਕੁਛ ਨਹੀਂ ਅਜੇ ਤਾਂ ਸਾਲ ਚਲੋ ਚਲੋ ਕੋਈ ਨਹੀਂ ਰੱਬ ਤਰੱਕਿਆ ਤੂੰ ਸਾਰਾ ਕੁਛ ਹੋਊਗਾ ਹਨਾ ਜੀ ਮੈਂ ਪਹਿਲਾਂ ਕਹਿੰਦਾ ਹੁੰਦਾ ਕਿ ਉੱਡਣ ਲਈ ਖੰਭਾਂ ਦੀ ਲੋੜ ਨਹੀਂ ਹੌਸਲਿਆਂ ਦੀ ਲੋੜ ਹੁੰਦੀ ਹੈ ਅਤੇ 13 ਸਾਲ ਦੀ ਉਮਰ ਤੋਂ ਬਾਈ ਨੇ ਸਟਾਰਟ ਕੀਤਾ ਸੀ ਕੰਮ ਅਤੇ ਅੱਜ ਵੱਡੇ ਵੱਡੇ ਜੌਂਕੇ ਬਾਂਟਣ ਵਰਗੇ ਜੌਂਕੇ ਬਣਾਉਂਦਾ ਅਤੇ ਅੱਜ ਟਾਈਮ ਹੈ ਨਹੀਂ ਸੀ ਨਹੀਂ ਤੈਨੂੰ ਹੋਰ ਵੀ ਦਿਖਾਉਂਦੇ ਬਾਈ ਹੋਰ ਕੰਮ ਬਾਈ ਗੁੱਡ ਲੱਕ ਅਤੇ ਰੱਬ ਤਰੱਕਿਆਂ ਦੇਵੇ ਤੈਨੂੰ ਠੀਕ ਹੈ ਜਿਹਨੇ ਕੋਈ ਬਣਾਉਣਾ ਹੋਵੇ ਉਹਦਾ ਮੋਬਾਈਲ ਨੰਬਰ ਦੱਸ ਦੇ ਕਿਸੇ ਨੇ ਤਿਆਰ ਕਰਨਾ ਆਪਣਾ ਫੇਸਬੁੱਕ ਤੇ ਹੈਗਾ ਡੀਪੀ ਫੋਰੈਕਸ ਫੂਡ ਆਪਰੇਟਰ ਦੇ ਨਾਮ ਤੇ ਪੇਜ ਆ ਬਾਈ ਆਪਣਾ ਅੱਛਾ ਜੀ ਸਾਡੇ ਵੀ ਇਹੀ ਆ ਸੇਮ ਤੇ ਨੰਬਰ ਹੈਗਾ ਬਾਈ 98799 ਮੇਰੇ ਕਰਕੇ ਵੀ ਬਣ ਕੇ ਜਾਇਜ਼ ਚੱਲ ਰੇਟ ਵਾ ਸਾਰਿਆਂ ਨੂੰ ਹਾਂਜੀ ਕੋਈ ਨਹੀਂ ਨੰਬਰ 98799 60801 ਦੁਬਾਰੇ 98799 60801 ਧੰਨਵਾਦ ਜਿਉਂਦਾ ਰਹਿ ਰੱਬ ਤਰੱਕਿਆਂ ਦੇ ਅਸੀਂ ਕੰਮ ਖਿੱਚ ਰੱਖ ਤੇ 23 ਸਾਲ ਦੀ ਉਮਰ ਚ ਬਹੁਤ ਵੱਡਾ ਉਪਰਾਲਾ ਕਰੀਬ ਬੈਠਾ ਬਾਈ ਛੋਟੀਆਂ ਉਮਰਾਂ ਵੱਡੇ ਉਪਰਾਲੇ ਜਿਉਂਦਾ ਰਹਿ ਬਾਈ ਗੁੱਡ ਲੱਕ ਲਵ ਯੂ।